बिस्मिल्लाहिर्रहमानिर्रहीम, अस्सलाम वालेकुम। मैं रजब अली, तत सदक ने पे अपना फैमिली यूट्यूब चैनल आर ए व्लॉग्स ऑफिशियल। उम्मीद कर रहा सारे पे अपना ठीक ठाक उसो बल राजी उसो। तो जनाब आज अस मौजूद हाँ कोटली। पहले मिलाने से बाबर साहब नाल, तो बाबर साहब ने साहबजादे हसनात मेहता साहब नाल। माशाल्लाह बड़े क्यूट जे बेबी हैं। तो नाल ही दादा भी पिछे बैठे डॉक्टर करामत साहब। अक्सर बेशतर लोग इन्हें जानने सोचा। तो शादी है जनाब सेहरान अहमद मेहता साहब ने। माशाल्लाह काफ़ी कदावर शख्सियत है। तो नाल अपर कुला भी चंगा तगड़ा। तो इस साइड नाल बैठे हुए जी असा कमरान अदालत साहब। माशाल्लाह बड़ा खूबसूरत माहौल से इतना कोटली रॉयल मैरिज हॉल। तो माशाल्लाह ये हसनात साहब आर खान लगे आज उधर। हाँ जी बाबर साहब क्या हाल है? हाँ जी अस्सलाम वालेकुम जनाब, क्या हाल है? ठीक हो? ये जनाब कजन बरादर की शादी है आज। सही मैरिज आज बैठे हैं। माशाल्लाह बड़ा अच्छा और बेहतरीन सिस्टम माशाल्लाह मुबारक हो शादी में जनाब के साथ। खुश माशाल्लाह। कदों आमद होई तुहां? मिगी तकरीबन हफ्ता होई गया। ते यूट्यूब उपर कियां गायब हो? गायब बस बहुत ज्यादा मुसीबत में जाती। चलो इंशाल्लाह इजी होई ते कंटिन्यू करसा अपना काम। चलो Oh, oh, oh.
ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਹਾਂਜੀ ਬਾਬਰ ਸਾਹਿਬ, ਕੀ ਹਾਲ ਹੈ? ਕੀ ਹਾਲ ਜਨਾਬ? ਅਲਹਮਦੁਲਿਲਾ ਜੀ, ਠੀਕ ਠਾਕ। ਤੁਸੀਂ ਸੁਣਾਓ? ਸਭ ਅੱਲਾਹ ਦਾ ਸ਼ੁਕਰ। ਤੇ ਕਿੰਨੇ ਕੁ ਦਿਹਾੜਾ ਛੁੱਟੀ? ਛੁੱਟੀ ਬਸ 2 ਵੀਕਸ। ਸਹੀ, ਆਨੀ ਜਸਟ 2 ਵੀਕਸ। ਯੈਸ। ਅੱਛਾ ਬਾਬਰ ਸਾਹਿਬ, ਅਸਾਂ ਉਸ ਦਿਨ ਫੁਦਗੀ ਨਹੀਂ ਵਜਾ ਉੱਥੋਂ, ਸਾਡਾ ਵਿਲਾਗ ਅਧੇ ਰਿਹਾ ਸੀ ਸ਼ਾਦੀ ਲਾ, ਉਸਾਂ ਕਿ ਆਈ ਕੰਟੀਨਿਊ ਕਰਸਾਂ। ਠੀਕ। ਤੇ ਕੈਸੀ ਰਹੀ ਸ਼ਾਦੀ? ਅਸਾਂ ਕਿਉਂਕਿ ਵਲੀਮਾ ਉਹਨਾਂ ਦੱਸੀ ਸਕੇ ਸ਼ਾਦੀ। ਮਾਸ਼ਾਅੱਲਾ ਜਨਾਬ, ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਰਿਕਾਰਡ ਰਹੀ ਹੈ ਸਮਰੋੜਨੇ ਵਾਲੇ ਨਾਲ, ਬਾਕੀ ਤਾਂ ਮੈਨੂੰ ਇਤਨਾ ਪਤਾ ਨਹੀਂ। ਅਲਹਮਦੁਲਿਲਾ, ਬੜਾ ਹੀ ਬਿਹਤਰੀਨ ਜ਼ਬਰਦਸਤ ਸ਼ਾਦੀ ਹੋਈ ਹੈ। ਇਸ ਵਿੱਚ ਕਾਫੀ ਤਾਦਾਦ ਵਿੱਚ ਲੋਕ ਆਏ ਸਨ। ਓਵਰਸੀਜ ਕਮਿਸ਼ਨ ਜਨਾਬ ਚੇਅਰਮੈਨ ਅਲਜੰਨਤ ਵੈਲਫੇਅਰ ਟਰੱਸਟ ਨੇ, ਅਸਲ ਕੁਰੈਸ਼ੀ ਸਾਹਿਬ, ਤਾਂ ਉਸ ਤੋਂ ਬਾਅਦ ਜਨਾਬ ਮਲਕ ਜਸੂ ਸਾਹਿਬ ਵੀ ਆਏ ਸਨ, ਟਿਕਟ ਹੋਲਡਰ ਨੂੰ। ਅਤੇ ਕਾਫੀ ਤਾਦਾਦ ਹੀ ਬੰਦੇ ਆਏ ਸਨ। ਮਾਸ਼ਾਅੱਲਾ ਜ਼ਬਰਦਸਤ ਸ਼ਾਦੀ ਰਹੀ ਹੈ। ਤਾਂ ਤੁਸੀਂ ਬੜਾ ਅਫਸੋਸ ਹੈ ਤੁਸੀਂ ਚਾਚੀ ਨੂੰ ਬਸ ਚੱਲਾ ਆਪਣੀ ਮੁਸਰੀ ਦੱਸੀ ਕਿ ਆਏ ਵਜ੍ਹਾ ਹੋਈ ਹੈ। ਬਿਲਕੁਲ ਹੀ ਗੱਲ ਆਈ। ਅਤੇ ਚਲੋ, ਮੌਸਮ ਬੜਾ ਜ਼ਬਰਦਸਤ ਹੈ ਜੀ, ਤਕਰੀਬਨ ਇੱਥੇ ਸਮਰੋੜ ਤਾਂ ਇਤਨੀ ਖੈਰ ਸ਼ਦੀਦ ਸਰਦੀ ਨਹੀਂ, ਠੀਕ ਹੈ, ਗਰਮੀ ਵੀ ਨਹੀਂ, ਲੇਕਿਨ ਮੌਸਮ ਜ਼ਬਰਦਸਤ ਹੈ। ਅਤੇ ਸ਼ਾਮ ਨਾਲ ਟਾਈਮ ਹੈ, ਆਏ ਸਾਂ ਬਾਬਰ ਸਾਹਿਬ ਨਾਲ ਮੁਲਾਕਾਤ ਕੀਤੀ ਹੈ। ਅਤੇ ਕੋਈ ਡਰੋਨੀਆਂ ਵੀਡੀਓਜ਼ ਵਗੈਰਾ ਇੰਨਾ ਕੀ ਚਾਹੀਦੀਆਂ ਸਨ, ਕੁਝ ਆਪਣੇ ਵਿਲਾਗ ਵਿੱਚ ਵੀ ਬਸ ਹਨ, ਅਤੇ ਕੁਝ ਸ਼ਾਦੀ ਵਾਸਤੇ ਵੀ ਚਾਹੀਦੀਆਂ ਸਨ, ਅਤੇ ਉਹ ਵੀ ਜਨਾਬ ਸ਼ਾਦੀ ਵਾਸਤੇ ਵੀ ਐਡ ਕਰ ਸਨ। ਅਤੇ ਚਲੋ, ਮੈਂ ਆ ਕੇ ਨਾਲ ਉਹ ਵਿਲਾਗ ਐਂਡ ਕਰਨੇ ਆ, ਅਤੇ ਨਾਲ ਸ਼ਾਦੀ ਵੀ ਸ਼ੇਅਰ ਕਰਨੇ ਆ ਤੁਸਾਂ ਨਾਲ। ਮਾਸ਼ਾਅੱਲਾ ਜੀ, ਦੁਲਾ ਸਾਹਿਬ ਵੀ ਅਸਾਂ ਨਾਲ ਮੌਜੂਦ ਹਨ। ਸ਼ਾਦੀ ਨੇ ਦੁਲਾ ਸਾਨੂੰ ਹੁਣ ਤਾਂ ਪੁਰਾਣੇ ਹੋਈਏ, ਦੁਲਾ ਸਾਹਿਬ ਕੋਈ 8-10 ਦਿਨ ਪੁਰਾਣੇ ਹੋਈਏ ਨਾ ਜੀ, ਬੇ ਹੋਈਏ, ਬੇ ਹੋਈਏ ਹੁਣ ਦੁਲਾ ਸਾਹਿਬ। ਹਾਂਜੀ ਸਰਨ ਸਾਹਿਬ, ਠੀਕ ਹੋ? ਸਭ ਅੱਲਾ ਨਾ ਸ਼ੁਕਰ, ਦੁਆ। ਅੱਛਾ ਸਹਿਰਾਨ ਸਾਹਿਬ ਨਾਲ ਉਸ ਦਿਨ ਤਾਰਫ ਥੋੜ੍ਹਾ ਹੋਇਆ ਸੀ ਕਿ ਉੱਥੇ ਰਸ਼ ਕਾਫੀ ਸੀ, ਸ਼ੋਰ ਵੀ ਕਾਫੀ ਸੀ। ਸਹਿਰਾਨ ਸਾਹਿਬ, ਬਾਬਰ ਸਾਹਿਬ ਨੇ ਕਜ਼ਨ ਹੈ ਤਾਜ਼ਾਦ ਭਾਈ ਹਨ, ਤੇ ਸੋਦੀਆ ਹੋਣਾ, ਤੇ ਸੋਦੀਆ ਘੜੀ ਜਾ ਹੋਣਾ ਦੱਸੋ ਸਰ? ਜਵੇਲ ਹੋਣੇ ਹੋ ਤਾਂ ਘੜੀ ਕੰਪਨੀ ਚੋ ਅਸਨਾ ਆਜ਼ਾਦ ਵੀਜ਼ਾ। ਅਲਹਮਦੁਲਿਲਾ, ਪੂਰਾ ਸੋਦੀਆ ਹੀ ਕੰਮ ਕਰੀ ਦੇ ਆ। ਸਹੀ, ਅੱਗੇ ਪਿੱਛੇ ਫੀਸ ਵੀ ਹੋ ਰਹੀ ਹੈ, ਆਰਸੀਟੀ ਕੀ ਹੈ। ਸਹੀ, ਮਾਸ਼ਾਅੱਲਾ। ਤੇ ਇਹਨਾਂ ਨੇ ਸ਼ਾਦੀ ਮਾਸ਼ਾਅੱਲਾ ਕਾਫੀ ਜ਼ਬਰਦਸਤ ਹੋਈ, ਤੇ ਅਸਾਂ ਇਹਨਾਂ ਕੀ ਮੁਬਾਰਕਬਾਦ ਪੇਸ਼ ਕਰਨੇ ਆ ਸ਼ਾਦੀ ਨੀ। ਮੁਬਾਰਕਬਾਦ ਸਪੈਸ਼ਲ ਬਾਬਰ ਸਾਹਿਬ ਨੇ ਦਿਓ ਜੀ, ਜਿਹੜੇ ਸਪੈਸ਼ਲ ਵਕਤ ਕੱਢੀ ਤੇ ਦੁਬਈ ਥੀ ਆਏ ਨੇ ਨਾ ਸ਼ਾਦੀ ਮਾਰਿਆ। ਮਾਸ਼ਾਅੱਲਾ, ਚੀਫ ਗੈਸਟ ਹੀ ਹੈ ਇਸ ਸਾਰੇ ਖਸੂਸੀ ਮਹਿਮਾਨ ਜਿਹੜਾ ਨਾ। ਹਾਂ, ਕਿਉਂਕਿ ਇਹਨਾਂ 5-6 ਮਹੀਨਿਆਂ ਤੋਂ ਅੰਦਰ ਅੰਦਰ ਦੁਬਾਰਾ ਜਿਹੜਾ ਨਾ ਦੁਬਾਰਾ ਵਿਜ਼ਿਟ ਕੀਤਾ, ਵਾਪਸੀ ਜਾਣਾ, ਸ਼ਾਦੀ ਮਾਰਿਆ ਜਿਹੜਾ, ਸ਼ਾਦੀ ਮਾਰਿਆ ਜਿਹੜਾ, ਬਿਲਕੁਲ ਆਪਣੀ ਸ਼ਾਦੀ ਸੀ। ਬਹੁਤ ਬਹੁਤ ਸ਼ੁਕਰੀਆ ਇਹਨਾਂ ਦਾ ਵੀ, ਤੁਸਾਂ ਵੀ ਬੜਾ ਬੜਾ ਸ਼ੁਕਰੀਆ ਨਾ, ਬਹੁਤ ਤੁਸਾਂ ਸ਼ੁਕਰੀਆ ਨਹੀਂ, ਗੱਲ ਤੁਸਾਂ ਨਹੀਂ ਆ, ਕਿਉਂਕਿ ਅਸਾਂ ਕਿ ਸਪੋਰਟ ਜਿਸ ਤਰ੍ਹਾਂ ਤੁਸਾਂ ਕਰਨੇ ਹੋ, ਸਾਊਦੀ ਵਾਲੇ ਦੋਸਤ ਜਾਂ ਬਾਹਰ ਜਿੰਨੇ ਵੀ ਬੰਦੇ ਹੋ, ਵੀਡੀਓ ਤੱਕਣੇ ਅਸਾਂ ਉੱਥੇ ਯੂਟਿਊਬ ਸਬਸਕ੍ਰਾਈਬ ਵੀ ਕਰਨੇ ਆ ਚੈਨਲ ਤੁਸਾਂ ਯਾਰ, ਬਾਕੀ ਵੀ ਜਿਹਦੇ ਬੰਦੇ ਤੱਕਣੇ ਉਹਨਾਂ ਨੂੰ ਵੀ ਇਹ ਰਿਕੁਐਸਟ ਕਰ ਸਕਾਂ ਜੀ ਕਿ ਜ਼ਿਆਦਾ ਤੋਂ ਜ਼ਿਆਦਾ ਸਪੋਰਟ ਕਰੋ ਤੁਸੀਂ ਕੀ ਜਗ੍ਹਾ ਨੂੰ। ਤਾਂ ਮਾਸ਼ਾਅੱਲਾ ਕਾਫੀ ਅੱਛੀ ਵੀਡੀਓ ਅਸ਼ਰੀ ਜਾਣ, ਤਾਂ ਉੱਥੇ ਤੱਕੀ ਤਾਂ ਇਹ ਆਪਣਾ ਇਲਾਕਾ ਆਪਣੀ ਯਾਦ ਅਸ਼ਰੀ ਆ, ਬੜਾ ਮਜ਼ਾ ਅਸ਼ਨਾ। ਬਹੁਤ ਮਿਹਰਬਾਨੀ ਜਨਾਬ। ਅਤੇ ਅੱਜ ਬਿਲਾਲ ਸਾਹਿਬ ਵੀ ਕਾਫੀ ਦਿਨਾਂ ਤੋਂ ਬਾਅਦ ਅਸਾਂ ਨਾਲ ਫਿਰ ਵਾਪਸੀ ਰਹਿਣ। ਹਾਂਜੀ ਬਿਲਾਲ ਸਾਹਿਬ, ਕੀ ਹਾਲ ਹੈ? ਠੀਕ ਠਾਕ ਅਲਹਮਦੁਲਿਲਾ। ਅਤੇ ਮੌਸਮ ਇੰਜੋਏ ਹੋ ਰਿਹਾ? ਤੇ ਇਨਸ਼ਾਅੱਲਾ ਜੀ, ਬਾਦਸ਼ਾਹ ਨੇ ਕੋਈ ਪ੍ਰੋਗਰਾਮ ਬਣੀ ਰਿਹਾ, ਕੋਈ 2-4 ਦਿਹਾੜੇ ਮਤਲਬ ਬਾਰਿਸ਼ ਹੋ ਜਾਏ, ਤਾਂ ਜਿਹੜਾ ਕੋਈ ਲੋਕਾਂ ਨੇ ਨਜ਼ਲਾ ਕੰਮ ਪਿਆ ਵਾ ਇਹ ਵੀ ਖਤਮ ਹੈ। ਤਾਂ ਨਾਲ ਬੁਣ ਰਸਤੇ ਵਿੱਚ ਕ੍ਰਿਕਟ ਚੱਲੀ ਰਿਹਾ, ਗਲੀ ਨਾਲ ਕ੍ਰਿਕਟ ਕਿਆ ਨੇ ਹੁਣ ਇਸ ਕੀ ਜੀ, ਟੰਡੀਆਂ ਲਾ, ਟੰਡੀਆਂ ਲਾ, ਵੱਡਾ ਲਾ ਕ੍ਰਿਕਟ ਚੱਲੀ ਰਿਹਾ, ਸੀਜ਼ਨਲ ਕ੍ਰਿਕਟ ਚੱਲੀ ਰਿਹਾ। ਤਾਂ ਬਾਬਰ ਸਾਹਿਬ ਕੀ ਪੌੜੀ ਕਹਿੰਦਾ ਸੀ ਬਾਲਿੰਗ ਕਰਾਉਣੇ, ਅੱਧਾ ਓਵਰ ਕਰਾਇਆ ਸੀ ਨੇ ਤਾਂ ਪੌੜੀ ਆਉਂਦੇ ਘਰ। ਤਾਂ ਸਹਿਰਾਨ ਸਾਹਿਬ ਕੀ ਘਰੋਂ ਬੁਲਾਇਆ ਕਿ ਅੱਛੋ ਫਿਲਮ ਆਪਣੀ ਸ਼ਾਦੀ ਨਹੀਂ ਕਿਨੇ ਜੋ ਸਪੈਸ਼ਲ ਹੈ? ਤਾਂ ਚਲੋ, ਉਮੀਦ ਕਰ ਰਹੇ ਹਾਂ ਤੁਸੀਂ ਵੀਡੀਓ ਪਸੰਦ ਆਈ ਸੀ। ਮਾਸ਼ਾਅੱਲਾ ਜੀ, ਐਨ ਅਸ਼ਾਨ ਮਹਿਤਾ ਸਾਹਿਬ, ਅਸਲਾਮ ਅਲੈਕੁਮ। ਵਾਲੇਕੁਮ ਸਲਾਮ, ਕੀ ਹਾਲ ਹੈ ਜਨਾਬ? ਠੀਕ ਹੋ? ਠੀਕ ਠਾਕ ਸ਼ੁਕਰ। ਤਾਂ ਇਹ ਸਹਿਰਾਨ ਸਾਹਿਬ ਨੇ ਭਾਈ ਹਨ ਜੀ, ਤਾਂ ਬਾਬਰ ਸਾਹਿਬ ਕਿਆ ਹੋਣੇ ਹੋ, ਡਾਕਟਰ ਹਨ ਬਣਨੇ ਲਈ? ਇਹ ਜਨਾਬ ਅਸ਼ਨਲ ਦੋ ਨੇ MBBS ਜਨਾਬ, ਕੈਪਟਨ ਡਾਕਟਰ ਹੋ ਸਨ। ਇਨਸ਼ਾਅੱਲਾ ਇਨਸ਼ਾਅੱਲਾ। ਤਾਂ ਇਸ ਲਈ ਕਿਆ ਕਰਨਾ? ਇਸ ਲਈ ਫਿਲਹਾਲ ਬੇਲਨ, ਫਿਲਹਾਲ ਬੇਲਨ, ਬੇਲਨ ਕੀ ਬੇਲਨ ਜੇ ਇਹਨਾਂ ਟਾਈਮ ਆ ਬਸੋਲੀਆ ਵੀਜ਼ਾ ਨਾ ਆਇਆ ਤਾਂ ਡਾਕਟਰ ਬਣ ਗਿਆ, ਵੀਜ਼ਾ ਆ ਗਿਆ ਤਾਂ ਫਿਰ ਨਹੀਂ ਡਾਕਟਰ ਬਣਨੇ, ਫਿਰ ਇਹਨੇ ਡਾਕਟਰ ਬਣਨੇ ਨਹੀਂ ਜ਼ਰੂਰ, ਜਿੰਨਾ ਜੇ ਸੋਦੀਆ ਨਾ ਵੀਜ਼ਾ ਆਇਆ ਠੀਕ ਹੈ। ਮੈਂ ਸ਼ੇਵਲ ਵਾਲਾ ਆਈ ਆ, ਸ਼ੇਵਲ ਆਪਰੇਟਰ ਬਣ ਸਕਦਾ ਮੈਂ, ਸ਼ੇਵਲ ਜਿਨਾਣਾ, ਕਿਆ ਜਿਨਾਣੇ ਜੀ, ਸ਼ੇਵਲ ਸੇ ਪਤਾ ਲਾ, ਸ਼ੇਵਲ ਬਿਲ ਚ ਗਿਆ ਯਾ, ਸ਼ੇਵਲ ਦਾ ਰਸ਼ ਪੇ ਸੀ ਗੱਡੀਆਂ ਦਾ ਮੂਹਰੇ ਰੱਖੀ ਸਹੀ। ਮਾਸ਼ਾਅੱਲਾ ਜੀ, ਵਿਲਾਗ ਕਾਫੀ ਦਿਨਰ ਮੁਸ਼ਤਮਿਲ ਹੋਈ ਆ ਕਿ 7-8 ਦਿਨਾਂ 10 ਦਿਨਾਂ ਵਿੱਚ ਗੈਪ ਵੀ ਆਈ ਆ,
ਤੇ ਵਲੌਗ ਬਣਤਾ ਸੀ ਮੈਂ ਕਿਹਾ ਕਿ ਦੋਸਤਾਂ ਨੇ ਰਿਕੁਐਸਟ ਸੀ ਸ਼ਾਦੀ ਅੱਧੀ ਕਵਰ ਕੀਤੀ ਸੀ ਅੱਧੀ ਰਾਤ ਸਾਨੂੰ ਫੋਤਗੀ ਹੋ ਗਈ ਤੇ ਅਸਾਂ ਇੱਥੇ ਨਾ ਪਹੁੰਚੀ ਸਕੇ ਦੁਬਾਰਾ ਤੇ ਅੱਜ ਅਲਹਮਦੁਲਿਲਾ ਚਲੋ ਵਲੌਗ ਕੰਪਲੀਟ ਹੋਇਆ ਇਨਸ਼ਾਅੱਲਾ ਤੁਸੀਂ ਪਸੰਦ ਆਈ ਸੀ ਇਸ ਕੀ ਲਾਈਕ ਕਰ ਸੋ ਸ਼ੇਅਰ ਕਰ ਸੋ ਕਮੈਂਟ ਕਰੀ ਦੱਸੋ ਵੀਡੀਓ ਕੈਸੀ ਲੱਗੀ ਤੇ ਨਾਲ ਜਿਹੜੇ ਬੰਦੇ ਨਵੇਂ ਹੋ ਚੈਨਲ ਕੀ ਲਾਜ਼ਮੀ ਸਬਸਕ੍ਰਾਈਬ ਕਰ ਸੋ ਦੁਆਵਾਂ ਯਾਦ ਰੱਖ ਸੋ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਅੱਲਾਹ ਹਾਫਿਜ਼।